सो बड़ी अजीब स्टोरी है, कमन बेबी स्टॉप इट नाउ, या फिर ये कुछ गड़बड़ हो रही है, क्योंकि 8 साल दा थोड़ा उम्र दा फर्क है, ते तुसी प्यार दी पिंगा 2016 विच पाईया, ओ मेट्रो विच, दिल्ली दी मेट्रो दे विच, जिथे के ऑलरेडी पिंगा दे हलारे वांगू गड्डी चलदी आ, हरूणे दिंदी आ, ते थोड़ा शुरुआत उस तरह दी जिंदगी दी होई आ। उस तो बाद 2 साल बाद तुसी ब्याह करदे आ, 3 साल विच कैनेडा आ जांदी आ, 4 साल दे विच ओ प्यार मोहब्बत दा ਜਿਹੜਾ ਤੁਹਾਡਾ ਦਰਖਤ ਸੀਗਾ ਉਹ ਟੁੱਟ ਜਾਂਦਾ ਆ। ਕਾਲਰ ਤੁਹਾਡਾ ਨਾਮ ਕੀ ਹੈ ਜੀ? ਵਿਸ਼ਾਲ। ਵਿਸ਼ਾਲ ਜੀ, ਤੁਹਾਡਾ ਧਿਆਨ ਮੇਰੇ ਵਿੱਚ ਹੋਣਾ ਚਾਹੀਦਾ ਹੈ। ਹਾਂਜੀ ਰਾਈਟ। ਵਿਸ਼ਾਲ ਜੀ, ਤੁਹਾਡਾ ਜ਼ਿਲ੍ਹਾ ਕਿਹੜਾ ਆ? ਬੜਾ ਪਿੰਡ। ਬੜਾ ਪਿੰਡ ਗ੍ਰਾਂਡ ਦੇ ਕੋਲ। ਅਸੀਂ ਇਸ ਸਟੋਰੀ ਨੂੰ ਟੈਲੀਕਾਸਟ ਕਰਨ ਲਈ ਅਸੀਂ ਇੱਕ ਹੋਰ ਰਾਈਟਸ ਲੈਣਾ ਚਾਹਾਂਗੇ ਕਿ ਤੁਸੀਂ ਇਹ ਸਟੋਰੀ ਹੋਰ ਕਿਸ ਚੈਨਲ ਦੇ ਨਾਲ ਹੈ ਮੁੜ ਕੇ ਇੰਟਰਵਿਊ ਨਹੀਂ ਕਰ ਸਕਦੇ ਕਿਸੇ ਹੋਰ ਨਾਲ, ਔਰ ਇਹ ਅਸੀਂ ਰਾਈਟਸ ਲੈਣਾ ਚਾਹਾਂਗੇ ਟੈਲੀਕਾਸਟ ਬ੍ਰੌਡਕਾਸਟ ਕਰਨ ਦੇ, ਤੁਹਾਡੇ ਵੱਲ ਭੇਜੀ ਗਈ ਤਸਵੀਰ ਦੇ, ਹਰ ਟੈਕਨੋਲੋਜੀ ਤੇ ਅਸੀਂ ਚਾਹੁੰਦੇ ਹਾਂ ਸਾਨੂੰ ਪਰਮਿਸ਼ਨ ਦਿੱਤੀ ਜਾਵੇ। ਉਸ ਤੋਂ ਬਾਅਦ ਸਾਡੇ ਆਪਣੇ ਰਾਈਟਸ ਨੇ। ਹਾਂਜੀ, ਤੁਸੀਂ ਯੈਸ ਕਹੋਗੇ ਜਾਂ ਨੋ ਕਹੋਗੇ? ਯੈਸ। ਪਲੀਜ਼ ਪ੍ਰੋਸੀਡ। बड़े पिंड लड़का है, बड़ी बड़ी उम्र का 36 साल का है। आम तौर पर यह 22-24-25 साल की उम्र के लोगों अक्सर कैनेडा स्टोरी होंगे। बड़े पिंड का मुंडा, बड़ी उम्र का मुंडा 36 साल का अज साड़ी कचहरी के फ्रीडम ऑफ स्पीच के 36 साल। विशाल, तुहाडे फादर का नाम की है? जीवन कुमार। मदर? मदर शशि वाल। ਮਦਰ ਦੀ ਡੈਥ ਹੋ ਗਈ, ਫਾਦਰ ਦੀ ਵੀ ਲਾਸਟ ਈਅਰ। ਓ ਵੈਰੀ ਸੈਡ। ਕਿੰਨੇ ਭੈਣ ਭਰਾ ਹੋ? ਮੈਂ ਸਿੰਗਲ। ਹਾਂਜੀ, ਇਕੱਲੇ ਹੋ? ਹਾਂਜੀ, ਇਕੱਲੇ। ਸ਼ਾਦੀ ਸ਼ੁਦਾ ਹੋ? ਹਾਂਜੀ ਹਾਂਜੀ। ਸ਼ਾਦੀ ਕਦੋਂ ਹੋਈ? ਇਹ 2018 ਚ ਹੋਈ ਸੀ, 23 ਅਪ੍ਰੈਲ ਨੂੰ। ਉਦੋਂ 23 ਅਪ੍ਰੈਲ 2018। ਉਦੋਂ ਮਾਂ ਬਾਪ ਜਿੰਦੇ ਸੀ? शादी थोड़ी अरेंज सी जा ये लव मैरिज सी? लव मैरिज सी, फैमिली ना एग्री होके कराई सी, दोनों फैमिली एग्री सी। जिस शादी, जिस लड़की ने शादी कराई उसका नाम की है? सोनम तिवारी। की नाम? सोनम तिवारी। सोनम तिवारी, ये कितों दी लड़की? ये है कि यूपी दी। ओ, तुसी यूपी च किवें गए? यूपी। ये मैनू ना, मैं जब अपने निजी कमां लई दिल्ली जाना रहना हुंदा सीगा। अपने मुलाकात मेट्रो च हुई सी, उत्थे एक दूजे नाल साडे कॉन्टैक्ट नंबर शेयर हो गए। मैनू कहण लग गए कि मैं दस्सिया कि मेरी फैमिली ओह कुड़ी लभ रही जिहड़ी मैनू बाहर ले जा सके आईलैट्स करके, ते असीं पैसा लाउण नूं तैयार आ, एग्री आ। मैं दस्सिया फिर मेरे फादर ते कहिंदी इह फिर इहदी जिद्दां इह आई टी तों इह बैंगलोर जॉब चलदी सी लड़की, कहती सी मैं आई टी सैक्टर के हाँ, बट आई टी सैक्टर च नहीं, कोई छोटी जी कंपनी च होगी जिथे कि इनू कंप्यूटर की थोड़ी जी नॉलेज सी, उहदे रिगार्डिंग इनू काम दिता होया। मंथली सैलरी सी 15,000 रुपया इंडिया की। तुसी शादी 2018 विच 23 मार्च नू कीती है, और शादी तुसी कित्थे कीती फिर? असी शादी कीती सी दिल्ली आर्या समाज हिंदू मंदिर च। उस तों बाद रिसेप्शन पार्टी वगैरह भी कीती? जॉब तो छुट्टी नहीं ना मिलती सी, एक वीक दी मुश्किल ना मिलती होंदी सी बैंगलोर। अपने विशाल के शादी तो बाद किन्ने दिन लगातार तुसी इकट्ठे रहे हो? मेरे घर आंदी जिद्दां
ਤੁਸੀਂ ਲਾ ਲਓ ਇਕੱਠੇ ਅਸੀਂ ਘਰ ਆਉਂਦੀ ਰਹੀ ਅਸੀਂ ਰਹਿੰਦੇ ਰਹੇ ਹਾਂ ਪੰਦਰਾਂ ਪੰਦਰਾਂ ਦਿਨ ਏਦਾਂ ਰਹਿੰਦੀ ਰਹੀ ਹੈ ਜੀ ਦੋ ਦੋ ਦਿਨ ਤਿੰਨ ਤਿੰਨ ਦਿਨ ਘਰ ਮੇਰਾ ਸਵਾਲ ਇਹ ਤੂੰ ਸਮਝ ਨਹੀਂ ਰਹੇ ਤੁਹਾਡੇ ਦਿਮਾਗ ਵਿੱਚ ਨੁਕਸ ਹੈ ਜੇ ਮੇਰੇ ਚ ਮੇਰਾ ਸਵਾਲ ਇਹ ਕਿ ਵਿਆਹ ਤੋਂ ਬਾਅਦ ਲਗਾਤਾਰ ਕੰਟੀਨਿਊਸਲੀ ਕਿੰਨੇ ਦਿਨ ਤੁਸੀਂ ਇਕੱਠੇ ਨੇ ਸਪੈਂਡ ਕੀਤੇ ਪੰਜ ਦਿਨ ਚਾਰ ਦਿਨ ਦਸ ਦਿਨ ਕਿੰਨੇ ਪੈਸੇ ਤਾਰੇ ਮੇਰਾ 15 ਲੱਖ ਰੁਪਇਆ ਲੱਗ ਗਿਆ 5,36,000 ਇਹਦੀ ਫੀਸ ਗਈ ਆ 5,35,000 ਇਹਦੀ ਜੀ ਆਈ ਸੀ ਫੀਸ ਗਈ ਆ ਬਾਕੀ ਇਹਨੂੰ ਜੋ ਕੱਪੜੇ ਲੱਤੇ ਲੈ ਕੇ ਦਿੱਤੇ ਕਦੇ ਕੱਪੜੇ ਫਿਰ ਡਾਲਰ ਲੈ ਕੇ ਦਿੱਤੇ ਇਹਨੂੰ 2 ਲੱਖ ਦੇ ਮੇਰਾ ਸਵਾਲ ਹੈ ਤੁਹਾਡਾ ਟੋਟਲ ਖਰਚਾ ਕਿੰਨਾ ਆਇਆ ਮੇਰੇ ਸਵਾਲ ਦਾ 15 ਲੱਖ ਟੋਟਲ 15 ਲੱਖ ਰੁਪਇਆ ਆ ਗਿਆ ਜੀ ਸਟੱਡੀ ਦੇ ਜਿਹੜਾ ਮੇਰਾ ਸਵਾਲ ਹੈ ਉਸਦਾ ਹੀ ਜਵਾਬ ਦਿੱਤਾ ਜਾਵੇ 15 ਲੱਖ ਰੁਪਈਆ ਸਟੱਡੀ ਤੇ ਆਇਆ ਕੈਨੇਡਾ ਕਦੋਂ ਆਈ ਤੁਸੀਂ ਏਅਰਪੋਰਟ ਤੇ ਕਿਹੜੀ ਛੱਡਣ ਗਏ ਇਹਨੂੰ ਏਅਰਪੋਰਟ ਤੇ 23 ਅਗਸਤ ਨੂੰ ਮੈਂ ਛੱਡਣ ਗਿਆ ਸੀਗਾ ਦਿੱਲੀ ਤੋਂ 23 ਅਗਸਤ 2019 ਨੂੰ ਹਾਂਜੀ 2019 ਨੂੰ ਕਿਹੜੇ ਕਾਲਜ ਆਉਣਾ ਸੀ ਇੱਥੇ ਇਹਨੇ ਕਾਲਜ ਆਫ ਨਿਊ ਕੈਲੀਡੋਨੀਆ ਕਿੱਥੇ ਕਾਲਜ ਅਫਸਰ ਸਾਹਿਬ ਪ੍ਰਿੰਸ ਜਾਰਜ ਆਰਡਰ ਪਲੀਜ਼ ਪ੍ਰਿੰਸ ਜਾਰਜ ਦੇ ਵਿੱਚ ਪ੍ਰਿੰਸ ਜਾਰਜ ਦੇ ਵਿੱਚ ਹਾਂਜੀ ਬਟ ਸ਼ੀ ਇਜ਼ ਨਾਟ ਇਨ ਬ੍ਰੈਂਪਟਨ ਓਨਟਾਰੀਓ ਚ ਨਹੀਂ ਹੈ ਨੋ ਆਈ ਸੀ ਸੋ ਆਈ ਥਿੰਕ ਇਹਨਾਂ ਦੀ ਪਿਕਚਰ ਜਿਹੜੀ ਆ ਕੁੜੀ ਦੀ ਲਾ ਦਿੱਤੀ ਜਾਵੇ ਦਿਸ ਇਜ਼ ਅ ਬਿਗ ਫਰਾਡ ਹਾਂਜੀ ਤੁਹਾਨੂੰ ਦਿੱਤੀ ਹੋਈ ਫੋਟੋ ਦੀ ਟੈਲੀਕਾਸਟ ਕਰ ਦਿਓ ਸੋ ਵਨ ਸਾਈਡ ਸਟੋਰੀ ਹੈ ਔਰ ਸੋਨਮ ਤਿਵਾੜੀ ਕਿਹੜੀ ਲੈਂਗੁਏਜ ਯੂਜ ਕਰਦੇ ਨੇ ਕਿਹੜੀ ਲੈਂਗੁਏਜ ਗੱਲ ਕਰਦੇ ਨੇ ਹਿੰਦੀ ਬੋਲਦੇ ਨੇ ਜਾਂ ਉਹ ਕੋਈ ਹੋਰ ਭਾਸ਼ਾ ਉਹਨਾਂ ਦੀ ਉਹਨਾਂ ਨੂੰ ਪੰਜਾਬੀ ਹਿੰਦੀ ਇੰਗਲਿਸ਼ ਤਿੰਨੋਂ ਆਉਂਦੀਆਂ ਸੋ ਤੁਹਾਡੇ ਨਾਲ ਕਾਫੀ ਲੰਬਾ ਸਾਹਿਬ ਕਿਸੇ ਬੱਚੇ ਨੂੰ ਜਨਮ ਦਿੱਤਾ ਤੁਸੀਂ ਕਿਸੇ ਬੱਚੇ ਨੂੰ ਜਨਮ ਦਿੱਤਾ ਕਿਉਂਕਿ 23 ਮਾਰਚ ਤੇ 23 ਅਗਸਤ ਦਾ ਕਾਫੀ ਲੰਬਾ ਪੀਰੀਅਡ ਸੀ ਕਿਸੇ ਬੱਚੇ ਨੂੰ ਜਨਮ ਦਿੱਤਾ ਤੁਸੀਂ ਨਹੀਂ ਸਰ ਨਹੀਂ ਜਿੱਦਾਂ ਏਦਾਂ ਨਹੀਂ ਦਿੱਤਾ ਸੀ ਪਲਾਨ ਕੈਨੇਡਾ ਦੇ ਕਰਨਾ ਸੀਗਾ ਬਟ ਕਿੰਨਾ ਸਮਾਂ ਆਣ ਕੇ ਤੁਹਾਡੇ ਨਾਲ ਗੱਲ ਕਰਦੀ ਰਹੀ ਹੈ ਸਰ ਮੇਰੇ ਨਾਲ 2016 ਤੋਂ ਮੇਰੇ ਨਾਲ ਜੁੜੀ ਹੋਈ ਸੀਗੀ 2016 ਤੋਂ ਲੈ ਕੇ ਤੇ ਇਹ ਜਦੋਂ ਕੈਨੇਡਾ ਚਲ ਗਈ 2019 ਤੋਂ ਲੈ ਕੇ 22 ਮਾਰਚ ਤੱਕ ਮੇਰੇ ਨਾਲ ਗੱਲ ਕਰਦੀ ਸੀ ਕੰਟੀਨਿਊ ਆਈ ਸੀ 1 ਸਾਲ ਇਹਨੇ ਮੇਰੇ ਨਾਲ ਗੱਲ ਕੀਤੀ ਇੱਕ ਸਾਲ ਗੱਲ ਤੁਸੀਂ 2016 ਵਿੱਚ ਮਿਲੇ ਹੋ ਸ਼ਾਦੀ ਤੁਹਾਡੀ 2018 ਵਿੱਚ ਹੁੰਦੀ ਹੈ 23 ਅਗਸਤ 2019 ਤੁਸੀਂ ਡਰਾਪ ਕਰਦੇ ਹੋ ਤਾਂ ਤੁਹਾਨੂੰ 2020 ਕਿਹੜੇ ਮਹੀਨੇ ਤੱਕ ਗੱਲ ਕਰਦੀ ਰਹੀ ਹੈ ਬਿਮਾਰੀ ਦਾ ਸ਼ਿਕਾਰ ਹਰ ਕੰਟਰੀ ਹੋਈ ਹੈ ਤੇ ਇੱਥੇ ਵੀ ਲਾਕਡਾਊਨ ਹੋ ਗਿਆ ਸੀਗਾ ਹਾਂਜੀ ਹਾਂਜੀ ਇੰਡੀਆ ਵੀ ਲਾਕਡਾਊਨ ਸੀ 3 ਮਾਰਚ ਨੂੰ ਇਹਨੇ ਮੈਨੂੰ ਸਪੌਂਸਰ ਭੇਜੀ ਸੀ 2020 ਚ ਜੋ ਕਿ ਇਹਨੇ ਪੇਪਰ ਪ੍ਰੋਪਰ ਨਹੀਂ ਭੇਜੇ ਮੈਨੂੰ ਉਸ ਤੋਂ ਬਾਅਦ ਆਖਰੀ ਗੱਲ ਕਦੋਂ ਕੀਤੀ ਇਹਨੇ ਪਰ ਫੇਰ ਤਾਂ ਮੈਨੂੰ ਗਲਤੀ ਜਾਣੀ ਕਿ ਬੋਲਦੀ ਰਹੀ ਲਾਖਰੀ ਗੱਲ ਡਿਵੋਰਸ ਪੇਪਰ ਜਦੋਂ ਇਹਨੇ ਫਾਈਲ ਕੀਤੀ ਇੱਥੇ ਅਕਤੂਬਰ ਚ ਬੱਚਿਆਂ ਵਾਲੀ ਗੱਲ ਕਰ ਰਹੇ ਹੋ 36 ਸਾਲ ਦੀ ਉਮਰ ਹੋ ਗਈ ਮੇਰਾ ਸਵਾਲ ਤੁਹਾਨੂੰ ਸਟੇਟ ਫਾਰਵਰਡ ਆ ਕਿ ਤੁਹਾਡੇ ਨਾਲ ਆਖਰੀ ਗੱਲ ਕਦੋਂ ਕੀਤੀ ਹੈ ਸਰ 2 ਅਕਤੂਬਰ ਨੂੰ ਆਖਰੀ ਗੱਲ ਹੋਈ ਹੈ 2 ਅਕਤੂਬਰ ਉਸ ਤੋਂ ਬਾਅਦ ਤੁਹਾਡੇ ਨਾਲ ਗੱਲ ਕਰਨੀ ਬੰਦ ਕਰਤੀ ਹੁਣ ਤੁਹਾਨੂੰ ਬਲੌਕ ਕਰ ਦਿੱਤਾ ਉਹਨੇ ਬਲੌਕ ਤਾਂ ਹਾਂਜੀ ਕਰਦੀ ਵਿੱਚ ਕੀਤਾ ਹੋਇਆ ਬਟ ਜਦੋਂ ਇਹ ਫੋਨ ਕਰ ਲੈਂਦੀ ਆ ਜਦੋਂ ਇਹਦਾ ਜੀ ਕਰਦਾ ਸੀ ਮਤਲਬ ਗਲਤ ਬੋਲਣਾ ਹੋਵੇ ਇਹਦੇ ਨਾਲ ਕੋਈ ਲੜਕਾ ਰਹਿੰਦਾ ਇੱਥੇ ਨਵੀਨ ਢਿੰਗਰਾ ਜਿਹਦੇ ਨਾਲ ਰਹਿ ਰਹੀ ਆ ਸੋਮਨ ਤਿਵਾੜੀ ਆ ਵਨ ਸਾਈਡਡ ਸਟੋਰੀ ਆ ਔਰ ਸਾਡੇ ਪਾਸ ਰਿਸਪੈਕਟਡ ਹੈ ਔਰ ਜੀ ਸਰ ਮੇਰੇ ਕੋਲ ਇਹਦੀ ਜਿਹੜੀ ਲੜਕਾ ਤੇ ਲੜਕੇ ਦੀ ਮਦਰ ਆ ਨਾ ਲੜਕਾ ਲੜਕੀ ਦੀ ਮਦਰ ਮੇਰੇ ਕੋਲ ਰਿਕਾਰਡਿੰਗ ਹੈ ਦੋਨਾਂ ਦੀ ਮਾਂ ਦੋਨਾਂ ਦੀਆਂ ਮਾਮਾ ਆਪਸ ਵਿੱਚ ਹੀ ਰਿਸ਼ਤੇ ਦੀ ਗੱਲ ਕਰ ਰਹੀ ਹੈ ਜਦਕਿ ਉਹਨਾਂ ਨੂੰ ਪਤਾ ਸਾਡੀ ਲੜਕੀ ਦਾ ਰਿਸ਼ਤਾ ਇਸ ਮੁੰਡੇ ਨਾਲ ਮੈਰਿਜ ਹੋਈ ਆ ਲੜਕੀ ਕੌਣ ਕਰਦੀ ਆ ਇਹ ਜਿਹੜੀ ਲੜਕੀ ਨਾਲ ਰਹਿੰਦੀ ਆ
प्रिंस जॉर्ज रह रहे मुंडा हां जी ओदी भी फोटो हैगी है मेरे को ओदा नाम की है नवीन टिंगरा नवीन और रवीन नवीन नवीन स्पेलिंग की है एन बेना ई एन टिंगरा टिंगरा ਤੁਹਾਡੀ ਉਮਰ 36 ਸਾਲ ਹੈ ਤੇ ਤੁਹਾਡੀ ਵਾਈਫ ਸੋਨਮ ਤਿਵਾੜੀ ਦੀ ਕਿੰਨੀ ਉਮਰ ਹੈ ਜਿੱਦਾਂ ਹੁਣ ਉਹ 29 ਸਾਲ ਦੀ ਹੋ ਗਈ ਆ 28-29 ਸਾਲ ਦੇ ਤੁਹਾਡਾ 8 ਸਾਲ ਦਾ ਫਰਕ ਹੈ ਹਾਂਜੀ ਤੁਸੀਂ ਇਹਨੇ ਫਰਕ ਦੇ ਨਾਲ ਸ਼ਾਦੀ ਕਿਉਂ ਕਰਾਉਂਦੇ ਲੋਕ ਮੈਨੂੰ ਸਮਝ ਨਹੀਂ ਆਉਂਦੀ 8 ਸਾਲ ਵੱਡੀ ਆ ਇਹਦੀ ਸਟੇਟ ਹੋਰ ਹੈ ਮੈਟਰੋ ਚ ਮਿਲੇ ਹੋ ਇੰਨੀ ਜ਼ਿਆਦਾ ਤੁਸੀਂ ਆਪਸ ਵਿੱਚ ਪਿਆਰ ਦੀਆਂ ਪਿੰਗਾਂ ਪਾ ਲਈਆਂ ਬੜੀ ਛੇ ਤੁਸੀਂ ਪਿੰਗਾਂ ਪਾ ਲੈਂਦੇ ਹੋ ਫਿਰ ਪਿੰਗਾਂ ਦੇ ਤੁਸੀਂ ਜਿਹੜੇ ਹਲਾਰੇ ਲੈਂਦੇ ਹੋ ਉਹ ਬੜੀ ਜਲਦੀ ਉਹ ਰੱਸੇ ਟੁੱਟ ਜਾਂਦੇ ਨੇ ਜਾਂ ਫਿਰ ਟਾਂਹ ਟੁੱਟ ਜਾਂਦੇ ਨੇ ਜਾਂ ਫਿਰ ਦਰਖਤ ਤੇ ਪੱਟ ਹੋ ਜਾਂਦਾ ਮੈਨੂੰ ਸਮਝ ਨਹੀਂ ਕਿਹੋ ਜਿਹੀਆਂ ਪਿੰਗਾਂ ਅੱਜ ਕੱਲ੍ਹ ਪਾਉਂਦੇ ਤੁਸੀਂ ਪਿਆਰ ਦੀਆਂ ਆਪਾਂ ਪਿਆਰ ਦੀ ਪਾਈ ਸੀ ਆਪਾਂ ਨਾ ਪਿੰਗ ਤੋੜੀ ਆ ਉਹ ਤਾਂ ਅਗਲੀ ਤੋੜ ਗਏ ਪਿੰਗ ਕੈਨੇਡਾ ਜਾ ਕੇ ਜਦੋਂ ਕੈਨੇਡਾ ਨਹੀਂ ਗਈ ਸੀਗੀ ਇੱਥੇ ਸੀਗੀ ਉਦੋਂ ਕਹਿੰਦੀ ਸੀਗੀ ਜਿੱਦਾਂ ਮਰਜ਼ੀ ਹੋ ਜਾਵੇ ਸੱਦੂਗੀ ਕਰੂੰਗੀ ਭੇਜੂਗੀ ਹੁਣ ਜਦੋਂ ਅਗਲੀ ਆਪ ਉੱਥੇ ਜਾ ਕੇ ਸੈਟਲ ਹੋ ਗਈ ਆ ਤੇ ਹੁਣ ਮੈਨੂੰ ਅੱਖਾਂ ਕੱਢ ਰਹੀ ਆ ਆਪਾਂ ਨੀ ਪੀਂਗ ਤੋੜੀ ਨਾ ਪੀਂਗ ਤਾਂ ਅਗਲੀ ਉਹਨੇ ਤੋੜੀ ਨਾ ਉਹਨੇ ਕੁੜੀ ਨੇ ਆਈ ਸੀ ਪਰ ਤੁਹਾਡੇ ਨਾਲ ਪੀਂਗ ਪਾਈ ਹੋਈ ਸੀ ਪਿਆਰ ਦੀ ਮੁਹੱਬਤ ਦੀ ਸਾਰੀ ਜ਼ਿੰਦਗੀ ਦੀ ਪਿਆਰ ਮੁਹੱਬਤ ਦੀ ਤੁਸੀਂ ਪੀਂਗ ਸ਼ੁਰੂ ਕੀਤੀ ਆ ਔਰ ਉਸ ਤੋਂ ਬਾਅਦ ਕਸੂਰ ਤੁਸੀਂ ਕਹਿ ਰਹੇ ਹੋ ਇਹ ਹੋ ਸਕਦਾ ਕਿ ਤੁਸੀਂ ਆਪਣੀ ਵਾਈਫ ਨੂੰ ਕੁਝ ਗਲਤ ਕਹਿੰਦੇ ਹੋਵੋ ਸਰ ਗਲਤ ਹੁਣ ਮੈਂ ਉਹਨੂੰ ਕੀ ਫੋਨ ਤੇ ਇੰਡੀਆ ਤੋਂ ਬੈਠਾ ਕੀ ਗਲਤ ਕਹਿ ਦੂੰਗਾ ਨਹੀਂ ਨਹੀਂ ਕੁਛ ਤੁਸੀਂ ਕੋਈ ਐਲੀਗੇਸ਼ਨ ਲਾਉਂਦੇ ਹੋਵੋ ਕਈ ਵਾਰੀ ਲੜਕੀਆਂ ਲੜਕੇ ਇਕੱਠੇ ਕਾਲਜ ਜਾਂਦੇ ਨੇ ਤਾਂ ਹਸਬੈਂਡ ਸੋਚਦਾ ਆ ਕਿ ਮੇਰੀ ਵਾਈਫ ਤਾਂ ਸਮਝੋ ਕਿਸੇ ਹੋਰ ਨਾਲ ਜਿਹੜਾ ਆ ਉਹਦਾ ਕੋਈ ਚੱਕਰ ਚੱਲ ਪਿਆ ਜਦਕਿ ਉਹ ਆਪਸ ਵਿੱਚ ਇੱਕ ਸਕੂਲ ਕਾਲਜ ਫੈਲੋ ਹੁੰਦੇ ਨੇ ਅਸੀਂ ਬੜੇ ਨੈਰੋ ਮਾਈਂਡਡ ਲੋਕ ਹਾਂ ਜਿੱਦਾਂ ਕਿਤੇ ਹਾਂਜੀ ਬਿਲਕੁਲ ਬਿਲਕੁਲ ਮੈਂ ਮੰਨਦਾ ਇਸ ਚੀਜ਼ ਨੂੰ ਠੀਕ ਆ ਬਟ ਇਹ ਆ ਕਿ ਮੈਂ ਜਿੱਦਾਂ ਗੱਲ ਹੋਈ ਸੀ ਇਹ ਕਿਤੇ ਨਾਈਟ ਨੂੰ ਗਈ ਸੀਗੀ ਤੇ ਮੈਂ ਕਿਹਾ ਤੂੰ ਕਿੱਦਾਂ ਆਈ ਨੀ ਘਰ ਕਹਿੰਦੀ ਨੀ ਅੱਜ ਮੇਰੇ ਫਰੈਂਡ ਇੱਥੇ ਫਰੈਂਡ ਆਈਆਂ ਸੀ ਕੁੜੀਆਂ ਕਰੀਆਂ ਤਿੰਨ ਤੇ ਮੁੜ ਕੇ ਫਿਰ ਇਹਨਾਂ ਨਾਲ ਗੱਲ ਕੀਤੀ 22 ਮਾਰਚ ਨੂੰ ਜਿੱਦਾਂ ਗੱਲਬਾਤ ਹੋਈ ਸੀਗੀ ਇਹ ਫਿਰ ਪਿੱਛੋਂ ਇਹਨਾਂ ਨੇ ਡਰਿੰਕ ਵਗੈਰਾ ਕੀਤੀ ਹੋਈ ਸੀ ਸ਼ਰਾਬ ਸ਼ਰੂਬ ਪੀਤੀ ਹੋਈ ਸੀਗੀ ਸ਼ਰਾਬ ਕੇ ਪਿੱਛੋਂ ਮੁੰਡੇ ਮੈਨੂੰ ਗਾਲਾਂ ਕੱਢਣ ਇਹਨਾਂ ਕੁੜੀਆਂ ਨੇ ਓ ਮਾਈ ਗੋਡ ਕੁੜੀਆਂ ਨੇ ਸ਼ਰਾਬ ਪੀਤੀ ਹੋਈ ਸੀ ਇਹ ਫਿਰ ਪਿੱਛੇ ਹਾਂਜੀ ਹਾਂਜੀ ਇਹਨਾਂ ਨੇ ਤੇ ਪਿੱਛੋਂ ਫਿਰ ਮੈਨੂੰ ਨਾ ਇਹ ਗਾਲਾਂ ਕੱਢਣ ਲੱਗ ਗਏ ਮੁੰਡੇ ਸੀਗੇ ਉੱਥੇ 3-4 ਹੋਰ ਤੁਹਾਨੂੰ ਗਾਲਾਂ ਕੱਢਦੇ ਆ ਇਹ ਗੱਲ ਇਹ ਨਾ ਹਾਂਜੀ ਹਾਂਜੀ ਕੀ ਗਾਲ ਕੀ ਕੱਢੀ ਗਾਲ ਕੀ ਕੱਢੀ ਗਾਲ ਕੀ ਕੱਢੀ ਆਹੀ ਜੋ ਮਾਂ ਭੈਣ ਦੀਆਂ ਹੁੰਦੀਆਂ ਹੋਰ ਇੱਥੇ ਕਿਹੜੀਆਂ ਕੱਢਣੀਆਂ ਗਾਲਾਂ ਅੱਛਾ ਮਾਮਾ ਭੈਣਾਂ ਦੀ ਗਾਲਾਂ ਕੱਢੀਆਂ ਤੇ ਤੁਹਾਡੀ ਵਾਈਫ ਦੇ ਫੋਨ ਤੁਸੀਂ ਕੀਤਾ ਹੋਇਆ ਸੀ ਤੇ ਇੱਕ ਨੇ ਮੈਨੂੰ ਮੈਨੂੰ ਤੇ ਇੱਕ ਮੁੰਡਾ ਸੀਗਾ ਕੋਈ ਬਠਿੰਡੇ ਦਾ ਉਹ ਮੈਨੂੰ ਕਹਿਣ ਲੱਗ ਗਿਆ ਸੀ ਤੂੰ ਸਾਨੂੰ ਐਡਰੈਸ ਦੱਸ ਮੈਂ ਕਿਹਾ ਐਡਰੈਸ ਇਹਦੇ ਕੋਲ ਲੈ ਲਾ ਇਹ ਤੂੰ ਪਾਸਪੋਰਟ ਆ ਸਾਰਾ ਐਡਰੈਸ ਹੈਗਾ ਲੈ ਲਾ ਕੌਣ ਹੈ ਮੁੰਡਾ ਹੁਣ ਕੀ ਨਾਮ ਜਲੰਧਰ ਹੀ ਆ ਡੋਂਟ ਵਰੀ ਕੀ ਨਾਮ ਉਸ ਮੁੰਡੇ ਦਾ ਮੈਨੂੰ ਹੁਣ ਇੰਨਾ ਮੈਨੂੰ ਫੋਨ ਤੇ ਮੈਨੂੰ ਇੰਨਾ ਹੁਣ ਪਤਾ ਨਹੀਂ ਨਾ ਉਸ ਵਟਸਐਪ ਕਾਲ ਤੇ ਜਦੋਂ ਗੱਲ ਕਰ ਰਹੀ ਸੀ ਨਾ ਉਦੋਂ ਹੀ ਗੱਲ ਹੋਈ ਸੀਗੀ ਤੇ ਜਿਹੜਾ ਜਲੰਧਰ ਦਾ ਮੁੰਡਾ ਆ ਉਹਦਾ ਨਾਂ ਕੀ ਆ ਢਿੰਗੜਾ ਨਵੀਨ ਢਿੰਗੜਾ ਆ ਨਵੀਨ ਢਿੰਗੜਾ ਹਾਂਜੀ ਤੇ ਜਿਹਦੇ ਨਾਲ ਤੁਹਾਡੀ ਵਾਈਫ ਦੇ ਨਾਲ ਰਿਲੇਸ਼ਨ ਆ ਹਾਂਜੀ ਤੁਸੀਂ ਸ਼ੋਰ ਜਬ ਤੁਸੀਂ ਦੋਸ਼ ਲਾ ਰਹੇ ਹੋ ਆਪਣੀ ਵਾਈਫ ਤੇ ਤੁਹਾਡੇ ਕੋਲ ਕੀ ਪ੍ਰੂਫ ਕੀ ਹੈ ਕਿ ਤੁਹਾਡੀ ਵਾਈਫ ਦੇ ਰਿਲੇਸ਼ਨ ਸਰ ਉਹਦੀ ਤਾਂ ਲੜਕਾ ਤੇ ਲੜਕੇ ਦੀ ਲੜਕਾ ਜਿਹੜਾ ਮੁੰਡਾ ਨਵੀਨ ਢਿੰਗੜਾ ਉਹਦੀ ਮਦਰ ਉਹਦੀ ਜਿਹੜੀ ਮਦਰ ਆ ਤੇ ਜਿਹੜੀ ਲੜਕੀ ਦੀ ਮਦਰ ਆ ਆਪਸ ਚ ਗੱਲ ਕਰ ਰਹੇ ਆ ਕਿ ਸਾਨੂੰ ਦੱਸੋ ਕਿੱਦਾਂ ਸਾਡੀ ਕੁੜੀ ਕਿੱਦਾਂ ਦੀ ਲੱਗੀ ਦੱਸੋ ਅਸੀਂ ਆ ਮੇਰੇ ਕੋਲ ਰਿਕਾਰਡਿੰਗਾਂ ਆ ਇਹਨਾਂ ਦੀਆਂ ਆਪਸ ਚ ਤੁਹਾਨੂੰ ਰਿਕਾਰਡਿੰਗ ਕਿਵੇਂ ਭੇਜੀ ਤੁਸੀਂ ਰਿਕਾਰਡਿੰਗ ਕਿਵੇਂ ਲੈ ਲਈ ਇਹ ਸਰ ਮੈਂ ਲੈ ਲਈ ਕਿਸੇ ਦੇ ਨੋਨ ਸੀਗੇ ਉਹਨਾਂ ਦੇ ਉਹਨਾਂ ਨੇ ਮੈਨੂੰ ਇਹਦੇ ਭੇਜੀ ਸੀਗੀ ਇਹਨਾਂ ਦੇ ਕੋਈ ਨੋਨ ਸੀਗੇ ਲੜਕੀ ਦੇ ਤੇ ਉਹਨਾਂ ਨੇ ਮੈਨੂੰ ਭੇਜੀ ਸੀਗੀ ਰਿਕਾਰਡਿੰਗ ਸੋ ਤੁਹਾਡਾ 15 ਲੱਖ ਵੀ ਗਿਆ ਤੁਹਾਡੀ ਜ਼ਿੰਦਗੀ ਦੇ 3-4 ਸਾਲ ਵੀ ਬਰਬਾਦ ਹੋ ਗਏ ਤੇ ਤੁਹਾਡੀ ਘਰ ਵਾਲੀ ਵੀ ਗਈ ਬਿਲਕੁਲ ਸਹੀ ਗੱਲ ਹੈ ਜੀ
ਆਪਾਂ ਤਾਂ ਹੁਣ ਪੈਸੇ ਦੇ ਦੇਵੇ ਆਪਾਂ ਨੂੰ ਆਪਾਂ ਨੀ ਕਹਿੰਦੇ ਕਿ ਆਪਣੀ ਨਾ ਰਵੇ ਆਪਣੇ ਪੈਸੇ ਦੇਵੇ ਜਿੰਨਾ ਮਰਜ਼ੀ ਰਵੇ ਸਾਡੇ ਨੂੰ ਜੇ ਤੁਹਾਡੀ ਵਾਈਫ ਤੁਹਾਨੂੰ ਪੈਸੇ ਦੇਣ ਦੀ ਹੈ ਤੁਸੀਂ ਹੈਪੀ ਹੋ ਹਾਂਜੀ ਬਿਲਕੁਲ ਜੈਸ ਓਕੇ ਆ ਜਿੱਥੇ ਮਰਜ਼ੀ ਜਾਵੇ ਸਾਨੂੰ ਕੀ ਮਤਲਬ ਤੁਹਾਡਾ ਇੰਨਾ ਪਿਆਰ ਸੀ ਤੁਸੀਂ ਚਾਹੁੰਦੇ ਹੋ ਤੁਹਾਨੂੰ ਸਪੋਂਸਰ ਕਰੇ ਜਾਂ ਉਹ ਪੈਸੇ ਮੰਗਦੇ ਹੋ ਤੁਹਾਡੇ ਕੋਲ ਦੋ ਆਪਸ਼ਨ ਨੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਸਪੋਂਸਰ ਕਰੇ ਜਾਂ ਤੁਹਾਡੇ ਮੈਂ ਤਾਂ ਸਪੋਂਸਰ ਮੈਂ ਤਾਂ ਕਹਿੰਦਾ ਸਪੋਂਸਰ ਕਰੇ ਨਾ ਸਪੋਂਸਰ ਕਰੇ ਮੈਂ ਉਹਨੇ ਇੰਨਾ ਕੁਛ ਕੀਤਾ ਮੈਂ ਇੱਥੇ ਧੁੱਪੇ ਜਾਂਦਾ ਨੱਠ ਭੱਜ ਕਰਦਾ ਰਿਹਾ ਉਹਦੇ ਲਈ ਦਿਨ ਰਾਤ ਇੱਕ ਗੱਲ ਦਿੱਤਾ ਮੈਂ ਨਾਲੇ ਤੁਸੀਂ ਕਹਿੰਦੇ ਕਿ ਮੈਨੂੰ ਪੈਸੇ ਨਹੀਂ ਚਾਹੀਦੇ ਮੈਨੂੰ ਤਾਂ ਮੈਨੂੰ ਪੈਸੇ ਚਾਹੀਦੇ ਮੈਨੂੰ ਇਹ ਨਹੀਂ ਚਾਹੀਦੀ ਕੀ ਨਾਮ ਹੈ ਸੋਨਮ ਨਹੀਂ ਚਾਹੀਦੀ ਤੇ ਮੈਨੂੰ ਸਰ ਪੈਸੇ ਚਾਹੀਦੇ ਆ ਹੁਣ ਤੁਸੀਂ ਕਹਿੰਦੇ ਕਿ ਮੈਨੂੰ ਸਪੋਂਸਰ ਕਰੇ ਤੁਸੀਂ ਡਬਲ ਮਾਈਂਡਡ ਕਿਉਂ ਆ ਇੱਕ ਮਾਈਂਡ ਬਣਾਓ ਆਪਣਾ ਜੀ ਸਰ ਜੇ ਉਹ ਪਤਾ ਕਿੱਦਾਂ ਉਹਨੇ ਉਹ ਵਿੱਚ ਉਹ ਮੈਨੂੰ ਕਹਿ ਦਿੰਦੀ ਮੈਂ ਤੈਨੂੰ ਪੈਸਾ ਨਹੀਂ ਦੇਣਾ ਠੀਕ ਹੈ ਜੀ ਏਦਾਂ ਕਹਿ ਦਿੰਦੀ ਕਿ ਮੈਂ ਤੈਨੂੰ ਪੈਸਾ ਨਹੀਂ ਦੇਣਾ ਵਿੱਚੇ ਕਹਿ ਦਿੰਦੀ ਹੈ ਕਿ ਮੈਂ ਤੈਨੂੰ ਡਿਵੋਰਸ ਲੈ ਕੇ ਫਿਰ 2 ਲੱਖ ਰੁਪਿਆ ਦੇ ਦੇਣਾ ਬਸ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਪੈਸੇ ਚਾਹੁੰਦੇ ਹੋ ਜਾਂ ਵਾਈਫ ਚਾਹੁੰਦੇ ਹੋ ਚਲ ਜਾਂਦੀ ਹੈ ਤੁਸੀਂ ਵਾਈਫ ਚਾਹੁੰਦੇ ਹੋ ਜਾਂ ਤੁਸੀਂ ਚਾਹੁੰਦੇ ਹੋ ਆਪਣੀ ਕੀ ਹੁੰਦਾ ਪੈਸਾ ਤੁਹਾਨੂੰ ਪੈਸਾ ਪਿਆਰ ਆ ਜਾਂ ਵਾਈਫ ਪਿਆਰ ਆ ਹੁਣ ਤਾਂ ਮੈਨੂੰ ਸਰ ਹੁਣ ਤਾਂ ਮੈਨੂੰ ਪੈਸੇ ਚਾਹੀਦੇ ਆ ਮੈਨੂੰ ਹੁਣ ਕਿਉਂਕਿ ਜਿਹੜੀ ਇੱਕ ਵੀ ਰਿਸ਼ਤੇ ਚ ਦਰਾਰ ਪੈ ਗਈ ਉਹ ਦੁਬਾਰਾ ਨਹੀਂ ਬਣਦੀ ਹੁੰਦੀ ਆਪਾਂ ਤਾਂ ਆਪਣੇ ਪੈਸੇ ਚਾਹੀਦੇ ਜਿੰਨਾ ਮਰਜ਼ੀ ਰਵੇ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਵਾਈਫ ਵਨ ਸਾਈਡ ਸਟੋਰੀ ਸਾਡੇ ਵਾਸਤੇ ਬੜੇ ਰਿਸਪੈਕਟਡ ਨੇ ਸੋਨਮ ਤਿਵਾੜੀ ਜੀ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਹੋ ਸਕਦਾ ਕਿ ਤੁਸੀਂ ਉਹਨਾਂ ਨੂੰ ਗਾਲੀ ਗਲੋਜ਼ ਕੀਤਾ ਹੋਵੇ ਉਹਨਾਂ ਦੇ ਵਾਸਤੇ ਤੁਸੀਂ ਥ੍ਰੈਟ ਹੋਵੋ ਔਰ ਉਹਨਾਂ ਦੀ ਲਾਈਫ ਨੂੰ ਡਿਸਟਰਬ ਕੀਤਾ ਹੋਵੇ ਵੀ ਡੋਂਟ ਨੋ ਇਹ ਵਨ ਸਾਈਡ ਸਟੋਰੀ ਹੈ ਅਸੀਂ ਪਬਲਿਕ ਓਪੀਨੀਅਨ ਲੈਣੀ ਚਾਹਾਂਗੇ ਕਿ ਲੋਕ ਕੀ ਕਹਿਣਾ ਚਾਹੁੰਦੇ ਤੁਹਾਨੂੰ ਤੁਹਾਡੀ ਗੱਲਬਾਤ ਦੇ ਵਿੱਚ ਲੋਕਾਂ ਨੂੰ ਕਿੰਨੇ ਸੱਚ ਦੀ ਝਲਕ ਮਹਿਸੂਸ ਹੁੰਦੀ ਹੈ ਜਾਂ ਫਿਰ ਇਹਦੇ ਵਿੱਚ ਕੁਝ ਗੜਬੜ ਹੋ ਰਹੀ ਹੈ ਕਿਉਂਕਿ 8 ਸਾਲ ਦਾ ਤੁਹਾਡਾ ਉਮਰ ਦਾ ਫਰਕ ਹੈ ਤੇ ਤੁਸੀਂ ਪਿਆਰ ਦੀਆਂ ਪੀਂਘਾਂ 2016 ਵਿੱਚ ਪਾਈਆਂ ਉਹ ਵੀ ਮੈਟਰੋ ਵਿੱਚ ਦਿੱਲੀ ਦੀ ਮੈਟਰੋ ਦੇ ਵਿੱਚ ਜਿੱਥੇ ਕਿ ਆਲਰੇਡੀ ਪੀਂਘਾਂ ਦੇ ਹਲਾਰੇ ਵਾਂਗੂ ਗੱਡੀ ਚੱਲਦੀ ਆ ਹਲੂਣੇ ਦਿੰਦੀ ਆ ਤਾਂ ਤੁਹਾਡਾ ਸ਼ੁਰੂਆਤ ਉਸ ਤਰ੍ਹਾਂ ਦੀ ਜ਼ਿੰਦਗੀ ਦੀ ਹੋਈ ਆ ਉਸ ਤੋਂ ਬਾਅਦ 2 ਸਾਲ ਬਾਅਦ ਤੁਸੀਂ ਵਿਆਹ ਕਰਦੇ ਆ 3ਜੇ ਸਾਲ ਵਿੱਚ ਕੈਨੇਡਾ ਆ ਜਾਂਦੀ ਆ 4ਥੇ ਸਾਲ ਦੇ ਵਿੱਚ ਉਹ ਪਿਆਰ ਮੁਹੱਬਤ ਦਾ ਜਿਹੜਾ ਤੁਹਾਡਾ ਦਰਖਤ ਸੀਗਾ ਉਹ ਟੁੱਟ ਜਾਂਦਾ ਆ ਸੋ ਬੜੀ ਅਜੀਬ ਸਟੋਰੀ ਹੈ ਕਮਨ ਬੇਬੀ ਸਟਾਪ ਇਟ ਨਾਓ ਔਰ ਪਬਲਿਕ ਓਪੀਨੀਅਨ ਲੈਣੀ ਚਾਹਾਂਗਾ